ਮੈਡਮ ਇਹ ਪੂਰਾ ਜਿਹੜੀ ਚੀਜ਼ਾਂ ਹੋਈਆਂ ਪਟਿਆਲਾ ਦੇ ਵਿੱਚ ਤੁਹਾਡੇ ਸੰਗਿਆਨ 'ਚ ਹੈਗਾ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਤੁਸੀਂ ਕੀ ਲਿਖਿਆ? ਦੇਖੋ ਇੱਦਾਂ ਆ ਕਿ ਜਿਹੜੀ ਪਹਿਲੀ ਗੱਲ ਤਾਂ ਕਿ ਵੀਸੀ ਨੂੰ ਉਸ ਔਡ ਆਵਰਸ ਦੇ ਅੰਦਰ ਯੂਨੀਵਰਸਿਟੀ ਜਾਣਾ ਹੀ ਨਹੀਂ ਸੀ ਚਾਹੀਦਾ, ਔਰ ਜੋ ਜਾ ਕੇ ਉਹਨਾਂ ਨੇ ਕੁੜੀਆਂ ਦੇ ਡਰੈਸਸ ਦੇ ਬਾਰੇ ਜਾਂ ਉਹਦਾ ਰਿਮਾਰਕਸ ਪਾਸ ਕੀਤੇ ਨੇ ਉਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਨੇ, ਔਰ ਲੜਕੀਆਂ ਨੇ ਵੀ ਇਸ ਦੀ ਜਿਹੜੀ ਸ਼ਿਕਾਇਤ ਕੀਤੀ ਹੈ। ਅਤੇ ਮੈਂ ਹੁਣ ਇਸ ਟਾਈਮ ਪਟਿਆਲਾ ਹੀ ਜਾ ਰਹੀ ਹਾਂ, ਆਈ ਐਮ ਗੋਇੰਗ ਟੂ ਗੋ ਐਂਡ ਟਾਕ ਟੂ ਦ ਸਟੂਡੈਂਟਸ ਐਂਡ ਉਹਦੇ ਨਾਲ ਉਸ ਤੋਂ ਬਾਅਦ ਮੈਂ ਪੂਰੀ ਜਿਹੜੀ ਰਿਪੋਰਟ ਲੈ ਕੇ ਉਹ ਤੁਹਾਨੂੰ ਮੈਂ ਦੱਸਦੀ ਹਾਂ। ਮੈਮ ਤੁਸੀਂ ਓਬਵੀਅਸਲੀ ਚੇਅਰਪਰਸਨ ਹੋ, ਕਈ ਪ੍ਰੋਟੋਕਾਲਸ ਹੁੰਦੇ ਆ, ਕਿਸ ਤਰ੍ਹਾਂ ਦੇ ਪ੍ਰੋਟੋਕਾਲਸ ਹੁੰਦੇ ਹੋਸਟਲ 'ਚ ਸਟੂਡੈਂਟਸ ਨੂੰ, ਕਿਉਂਕਿ ਕੱਪੜਿਆਂ ਤੋਂ ਲੈ ਕੇ ਵੀ ਜਿਹੜਾ ਹੈਗਾ ਉਹ ਕੀਤਾ ਗਿਆ ਕਿ ਕੱਪੜਿਆਂ ਦੇ ਲਈ ਕੀ ਓਬਜੈਕਸ਼ਨ ਹੈ? ਕੱਪੜਿਆਂ ਦੇ ਲਈ ਤੁਸੀਂ ਇਹ ਕਹਿੰਦੇ ਹੋ ਕਿ ਜੇ ਲੜਕੀਆਂ ਦੇ ਉਹ ਕਹਿੰਦੇ ਛੋਟੇ ਕੱਪੜੇ ਪਾਉਂਦੇ ਹੋ, ਯਾਰ ਕੱਪੜੇ ਠੀਕ ਨਹੀਂ ਹੈ, ਤੁਸੀਂ ਅਟਰੈਕਟ ਕਰਦੇ ਹੋ ਨਾਲ, ਇੱਥੇ ਸਿਰਫ ਕੱਪੜੇ ਅਟਰੈਕਟ ਕਰਦੇ ਨੇ, ਇੱਥੇ ਜਿਹੜੀ ਛੋਟੀ ਕੁੜੀਆਂ ਦਾ 4 ਸਾਲ ਦੀ ਕੁੜੀ ਦਾ ਰੇਪ ਹੋ ਜਾਂਦਾ, 5 ਸਾਲ ਦੀ ਕੁੜੀ ਦਾ ਰੇਪ ਹੋ ਜਾਂਦਾ, ਉਹਨਾਂ ਦੇ ਕਿਤੇ ਕੱਪੜਿਆਂ ਦੇ ਕਰਕੇ ਹੁੰਦਾ ਰੇਪ? ਤੇ ਇਹ ਸਾਰੀਆਂ ਗੱਲਾਂ ਬਿਲਕੁਲ ਗਲਤ ਨੇ, ਔਰ ਵੀਸੀ ਨੂੰ ਤਾਂ ਇਹ ਸ਼ੋਭਾ ਹੀ ਨਹੀਂ ਦਿੰਦਾ ਕਿ ਜਾ ਕੇ ਲੜਕੀਆਂ ਦੇ ਬਾਰੇ ਇਸ ਤਰ੍ਹਾਂ ਦੇ ਕੱਪੜਿਆਂ ਦੀ ਰਿਮਾਰਕ ਕਰੇ, ਔਰ ਇਸ ਤਰ੍ਹਾਂ ਦੀ ਜਿਹੜੀ ਆ ਉਹ ਔਡ ਆਵਰ 'ਚ ਗਿਆ ਹੀ ਕਿਉਂ? ਪਹਿਲੀ ਗੱਲ ਤਾਂ ਉੱਥੇ ਇਹ ਸਵਾਲ ਖੜੀ ਬਹੁਤ ਜ਼ਿਆਦਾ ਹੈ, ਮੈਂ ਜਾ ਰਹੀ ਹਾਂ ਜਾ ਕੇ ਸਟੂਡੈਂਟਸ ਨਾਲ ਗੱਲ ਕਰਾਂਗੇ, ਆਈ ਐਮ ਗੋਇੰਗ ਟੂ ਮੀਟ ਦ ਵੀਸੀ ਆਲਸੋ, ਔਰ ਅਸੀਂ ਬਹੁਤ ਸਖਤ ਐਕਸ਼ਨ ਲਵਾਂਗੇ। ਮੈਮ ਵਿਵਾਦ ਲੱਗਦਾ ਤਾਂ ਵੱਧਦਾ ਜਾ ਰਿਹਾ, ਸਟੂਡੈਂਟਸ ਦਾ ਜਿਹੜਾ ਹੋਰ ਵੀ ਜਿਹੜੇ ਉੱਥੇ ਇਕੱਠ ਹੋ ਰਹੇ ਨੇ? ਆਈ ਨੋ, ਆਈ ਐਮ ਇਨ ਟੱਚ ਵਿਦ ਦੈਮ, ਤੇ ਆ ਮੈਂ ਜਾ ਕੇ ਉਹਨਾਂ ਖੁਦ ਪਰਸਨਲੀ ਗੱਲ ਵੀ ਕਰਾਂਗੀ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗੀ। ਸੀਨੀਅਰ ਅਧਿਕਾਰੀ ਨਾਲ ਗੱਲਬਾਤ ਹੋਈ ਇਸ ਮੁੱਦੇ ਨੂੰ ਲੈ ਕੇ? ਕਿਉਂਕਿ ਉੱਥੇ ਹੋਈ ਹੈ, ਮੇਰੀ ਐਸਐਸਪੀ ਨਾਲ ਹੋਈ ਹੈ, ਅਦਰ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ, ਸੋ ਲੈਟ ਮੀ ਗੋ ਦੇਅਰ ਫਾਈਂਡ ਇਟ ਕਿ ਕੀ ਹੋਇਆ ਸਟੂਡੈਂਟਸ, ਮੈਨੂੰ ਫਸਟ ਇਨਫੋਰਮੇਸ਼ਨ ਮਿਲੇਗੀ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ, ਫਿਰ ਮੈਂ ਤੁਹਾਡੇ ਨਾਲ ਇਸ ਤੋਂ ਬਾਅਦ ਗੱਲ ਕਰਾਂਗੀ। ਤੇ ਬਿਲਕੁਲ, ਜਿਹੜੇ ਚੇਅਰਪਰਸਨ ਨੇ ਉਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਉਹ ਪਟਿਆਲਾ ਜਾ ਰਹੇ ਨੇ, ਪੂਰੀ ਜਿਹੜੀ ਡਿਟੇਲ ਹੈ ਉਹ ਸਟੂਡੈਂਟਸ ਨਾਲ ਵੀ ਗੱਲਬਾਤ ਕਰਾਂਗੇ, ਜਿਹੜੇ ਉੱਥੇ ਦੇ ਵੀਸੀ ਨੇ ਜਾਂ ਹੋਰ ਵੀ ਜਿਹੜੇ ਮੈਨੇਜਮੈਂਟ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਐਕਚੁਅਲ ਹੋਇਆ ਕੀ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਵੀ ਬਣਦੀ ਕਾਰਵਾਈ ਹੋਗੀ ਜਾਂ ਜਿਹੜੀ ਵੀ ਪ੍ਰੋਟੋਕਾਲ ਦੇ ਹਿਸਾਬ ਨਾਲ ਹੋਏਗਾ ਉਹ ਕੀਤਾ ਜਾਏਗਾ। ਹਾਲਾਂਕਿ ਐਸਐਸਪੀ ਨੂੰ ਹੋਰ ਵੀ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਗਿਆ, ਹੁਣ ਇੱਥੋਂ ਪਟਿਆਲਾ ਯੂਨੀਵਰਸਿਟੀ ਜਿਹੜੇ ਉੱਥੇ ਪਹੁੰਚ ਰਹੇ ਨੇ, ਔਰ ਜੇ ਵੀ ਚੀਜ਼ਾਂ ਹੋਣਗੀਆਂ, ਕਿਉਂਕਿ ਲਗਾਤਾਰ ਇਹ ਵਿਵਾਦ ਵੱਧਦਾ ਜਾ ਰਿਹਾ, ਪ੍ਰਿਯੰਕਾ ਗਾਂਧੀ ਦਾ ਟਵੀਟ ਆ ਚੁੱਕਿਆ, ਹੋਰ ਵੀ ਜਿਹੜੇ ਪੋਲੀਟੀਕਲੀ ਹੁਣ ਇਹਦੇ ਵਿੱਚ ਸਾਹਮਣੇ ਆ ਰਹੀ ਹੈ ਇਨਵੋਲਵਮੈਂਟ ਪੋਲੀਟੀਕਲੀ ਵੀ ਸਾਹਮਣੇ ਹੋ ਚੁੱਕੀ ਹੈ, ਤਾਂ ਇਸ ਨੂੰ ਲੈ ਕੇ ਸਾਰਾ ਹੁਣ ਚੀਜ਼ਾਂ ਨੂੰ ਦੇਖਦੇ ਹੋਏ ਕੰਮ ਕੀਤਾ ਜਾ ਰਿਹਾ। ਮੈਡਮ ਇਹ ਪੂਰਾ ਜਿਹੜੀ ਚੀਜ਼ਾਂ ਹੋਈਆਂ ਪਟਿਆਲਾ ਦੇ ਵਿੱਚ ਤੁਹਾਡੇ ਸੰਗਿਆਨ 'ਚ ਹੈਗਾ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਤੁਸੀਂ ਕੀ ਲਿਖਿਆ? ਦੇਖੋ ਇੱਦਾਂ ਆ ਕਿ ਜਿਹੜੀ ਪਹਿਲੀ ਗੱਲ ਤਾਂ ਕਿ ਵੀਸੀ ਨੂੰ ਉਸ ਔਡ ਆਵਰਸ ਦੇ ਅੰਦਰ ਯੂਨੀਵਰਸਿਟੀ ਜਾਣਾ ਹੀ ਨਹੀਂ ਸੀ ਚਾਹੀਦਾ, ਔਰ ਜੋ ਜਾ ਕੇ ਉਹਨਾਂ ਨੇ ਕੁੜੀਆਂ ਦੇ ਡਰੈਸਸ ਦੇ ਬਾਰੇ ਜਾਂ ਉਹਦਾ ਰਿਮਾਰਕਸ ਪਾਸ ਕੀਤੇ ਨੇ ਉਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਨੇ, ਔਰ ਲੜਕੀਆਂ ਨੇ ਵੀ ਇਸ ਦੀ ਜਿਹੜੀ ਸ਼ਿਕਾਇਤ ਕੀਤੀ ਹੈ। ਅਤੇ ਮੈਂ ਹੁਣ ਇਸ ਟਾਈਮ ਪਟਿਆਲਾ ਹੀ ਜਾ ਰਹੀ ਹਾਂ, ਆਈ ਐਮ ਗੋਇੰਗ ਟੂ ਗੋ ਐਂਡ ਟਾਕ ਟੂ ਦ ਸਟੂਡੈਂਟਸ ਐਂਡ ਉਹਦੇ ਨਾਲ ਉਸ ਤੋਂ ਬਾਅਦ ਮੈਂ ਪੂਰੀ ਜਿਹੜੀ ਰਿਪੋਰਟ ਲੈ ਕੇ ਉਹ ਤੁਹਾਨੂੰ ਮੈਂ ਦੱਸਦੀ ਹਾਂ। ਮੈਮ ਤੁਸੀਂ ਓਬਵੀਅਸਲੀ ਚੇਅਰਪਰਸਨ ਹੋ, ਕਈ ਪ੍ਰੋਟੋਕਾਲਸ ਹੁੰਦੇ ਆ, ਕਿਸ ਤਰ੍ਹਾਂ ਦੇ ਪ੍ਰੋਟੋਕਾਲਸ ਹੁੰਦੇ ਹੋਸਟਲ 'ਚ ਸਟੂਡੈਂਟਸ ਨੂੰ, ਕਿਉਂਕਿ ਕੱਪੜਿਆਂ ਤੋਂ ਲੈ ਕੇ ਵੀ ਜਿਹੜਾ ਹੈਗਾ ਉਹ ਕੀਤਾ ਗਿਆ ਕਿ ਕੱਪੜਿਆਂ ਦੇ ਲਈ ਕੀ ਓਬਜੈਕਸ਼ਨ ਹੈ? ਕੱਪੜਿਆਂ ਦੇ ਲਈ ਤੁਸੀਂ ਇਹ ਕਹਿੰਦੇ ਹੋ ਕਿ ਜੇ ਲੜਕੀਆਂ ਦੇ ਉਹ ਕਹਿੰਦੇ ਛੋਟੇ ਕੱਪੜੇ ਪਾਉਂਦੇ ਹੋ, ਯਾਰ ਕੱਪੜੇ ਠੀਕ ਨਹੀਂ ਹੈ, ਤੁਸੀਂ ਅਟਰੈਕਟ ਕਰਦੇ ਹੋ ਨਾਲ, ਇੱਥੇ ਸਿਰਫ ਕੱਪੜੇ ਅਟਰੈਕਟ ਕਰਦੇ ਨੇ, ਇੱਥੇ ਜਿਹੜੀ ਛੋਟੀ ਕੁੜੀਆਂ ਦਾ 4 ਸਾਲ ਦੀ ਕੁੜੀ ਦਾ ਰੇਪ ਹੋ ਜਾਂਦਾ, 5 ਸਾਲ ਦੀ ਕੁੜੀ ਦਾ ਰੇਪ ਹੋ ਜਾਂਦਾ, ਉਹਨਾਂ ਦੇ ਕਿਤੇ ਕੱਪੜਿਆਂ ਦੇ ਕਰਕੇ ਹੁੰਦਾ ਰੇਪ? ਤੇ ਇਹ ਸਾਰੀਆਂ ਗੱਲਾਂ ਬਿਲਕੁਲ ਗਲਤ ਨੇ, ਔਰ ਵੀਸੀ ਨੂੰ ਤਾਂ ਇਹ ਸ਼ੋਭਾ ਹੀ ਨਹੀਂ ਦਿੰਦਾ ਕਿ ਜਾ ਕੇ ਲੜਕੀਆਂ ਦੇ ਬਾਰੇ ਇਸ ਤਰ੍ਹਾਂ ਦੇ ਕੱਪੜਿਆਂ ਦੀ ਰਿਮਾਰਕ ਕਰੇ, ਔਰ ਇਸ ਤਰ੍ਹਾਂ ਦੀ ਜਿਹੜੀ ਆ ਉਹ ਔਡ ਆਵਰ 'ਚ ਗਿਆ ਹੀ ਕਿਉਂ? ਪਹਿਲੀ ਗੱਲ ਤਾਂ ਉੱਥੇ ਇਹ ਸਵਾਲ ਖੜੀ ਹੈ, ਬਹੁਤ ਜ਼ਿਆਦਾ ਹੈ, ਮੈਂ ਜਾ ਰਹੀ ਹਾਂ ਜਾ ਕੇ ਸਟੂਡੈਂਟਸ ਨਾਲ ਗੱਲ ਕਰਾਂਗੇ, ਆਈ ਐਮ ਗੋਇੰਗ ਟੂ ਮੀਟ ਦ ਵੀਸੀ ਆਲਸੋ, ਔਰ ਅਸੀਂ ਬਹੁਤ ਸਖਤ ਐਕਸ਼ਨ ਲਵਾਂਗੇ। ਮੈਮ ਵਿਵਾਦ ਲੱਗਦਾ ਤਾਂ ਵੱਧਦਾ ਜਾ ਰਿਹਾ, ਸਟੂਡੈਂਟਸ ਦਾ ਜਿਹੜਾ ਹੋਰ ਵੀ ਜਿਹੜੇ ਉੱਥੇ ਇਕੱਠ ਹੋ ਰਹੇ ਨੇ? ਆਈ ਨੋ, ਆਈ ਐਮ ਇਨ ਟੱਚ ਵਿਦ ਦੈਮ, ਤੇ ਆ ਮੈਂ ਜਾ ਕੇ ਉਹਨਾਂ ਖੁਦ ਪਰਸਨਲੀ ਗੱਲ ਵੀ ਕਰਾਂਗੀ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗੀ। ਤੁਹਾਡੀ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਹੋਈ ਇਸ ਮੁੱਦੇ ਨੂੰ ਲੈ ਕੇ? ਕਿਉਂਕਿ ਉੱਥੇ ਹੋਈ ਹੈ, ਮੇਰੀ ਐਸਐਸਪੀ ਨਾਲ ਹੋਈ ਹੈ, ਅਦਰ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ, ਸੋ ਲੈਟ ਮੀ ਗੋ ਦੇਅਰ ਫਾਈਂਡ ਇਟ ਕਿ ਕੀ ਹੋਇਆ ਸਟੂਡੈਂਟਸ, ਮੈਨੂੰ ਫਸਟ ਇਨਫੋਰਮੇਸ਼ਨ ਮਿਲੇਗੀ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ, ਫਿਰ ਮੈਂ ਤੁਹਾਡੇ ਨਾਲ ਇਸ ਤੋਂ ਬਾਅਦ ਗੱਲ ਕਰਾਂਗੀ। ਤੇ ਬਿਲਕੁਲ, ਜਿਹੜੇ ਚੇਅਰਪਰਸਨ ਨੇ ਉਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਉਹ ਪਟਿਆਲਾ ਜਾ ਰਹੇ ਨੇ, ਪੂਰੀ ਜਿਹੜੀ ਡਿਟੇਲ ਹੈ ਉਹ ਸਟੂਡੈਂਟਸ ਨਾਲ ਵੀ ਗੱਲਬਾਤ ਕਰਾਂਗੇ, ਜਿਹੜੇ ਉੱਥੇ ਦੇ ਵੀਸੀ ਨੇ ਜਾਂ ਹੋਰ ਵੀ ਜਿਹੜੇ ਮੈਨੇਜਮੈਂਟ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਐਕਚੁਅਲ ਹੋਇਆ ਕੀ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਵੀ ਬਣਦੀ ਕਾਰਵਾਈ ਹੋਗੀ ਜਾਂ ਜਿਹੜੇ ਵੀ ਪ੍ਰੋਟੋਕਾਲ ਦੇ ਹਿਸਾਬ ਨਾਲ ਹੋਏਗਾ ਉਹ ਕੀਤਾ ਜਾਏਗਾ। ਹਾਲਾਂਕਿ ਐਸਐਸਪੀ ਨੂੰ ਹੋਰ ਵੀ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਗਿਆ, ਹੁਣ ਇੱਥੋਂ ਪਟਿਆਲਾ ਯੂਨੀਵਰਸਿਟੀ ਜਿਹੜੇ ਉੱਥੇ ਪਹੁੰਚ ਰਹੇ ਨੇ, ਔਰ ਜੇ ਵੀ ਚੀਜ਼ਾਂ ਹੋਣਗੀਆਂ,
ਕਿਉਂਕਿ ਲਗਾਤਾਰ ਇਹ ਵਿਵਾਦ ਵੱਧਦਾ ਜਾ ਰਿਹਾ। ਪ੍ਰਿਯੰਕਾ ਗਾਂਧੀ ਦਾ ਟਵੀਟ ਆ ਚੁੱਕਿਆ, ਹੋਰ ਵੀ ਜਿਹੜੇ ਪੋਲੀਟੀਕਲੀ ਹੁਣ ਇਹਦੇ ਵਿੱਚ ਸਾਹਮਣੇ ਆ ਰਹੀ ਹੈ, ਇਨਵੋਲਵਮੈਂਟ ਪੋਲੀਟੀਕਲੀ ਵੀ ਸਾਹਮਣੇ ਹੋ ਚੁੱਕੀ ਹੈ, ਤਾਂ ਇਸ ਨੂੰ ਲੈ ਕੇ ਸਾਰਾ ਹੁਣ ਚੀਜ਼ਾਂ ਨੂੰ ਦੇਖਦੇ ਹੋਏ ਕੰਮ ਕੀਤਾ ਜਾ ਰਿਹਾ।